ਨਾਸਾ ਦੀ ਪੁਲਾੜ ਯਾਤਰੀ ਮੈਰੀ ਕਲੀਵ ਜੋ 1989 ਵਿੱਚ ਚੈਲੈਂਜਰ ਆਫਤ ਤੋਂ ਬਾਅਦ ਪੁਲਾੜ ਸ਼ਟਲ ਮਿਸ਼ਨ ਦੇ ਉਡਣ ਵਾਲੀ ਪਹਿਲੀ ਔਰਤ ਬਣੀ ਸੀ ਤੇ ਬੀਤੇ ਦਿਨ 76 ਸਾਲਾਂ ਉਮਰ ਵਿੱਚ ਮੌਤ ਹੋ ਗਈ ਮੌਤ ਦਾ ਕਾਰਨ ਫਿਲਹਾਲ ਨਹੀਂ ਦੱਸਿਆ ਗਿਆ NASA ਦੇ ਇੱਕ ਪ੍ਰਬੰਧਕ ਨੇ ਕਿਹਾ ਕਿ ਮੈਂ ਦੁਖੀ ਹਾਂ ਅਸੀਂ ਟ੍ਰੇਲ ਬਲੇਜ਼ਰ ਤੇ ਡਾਕਟਰ ਮੈਰੀ ਕਲੀਵ ਦੋ ਪੁਲਾੜ ਉਡਾਨਾਂ ਦੇ ਅਨੁਭਵੀ ਅਤੇ ਵਿਗਿਆਨ ਵਿੱਚ ਮਾਹਿਰ ਹਾਸਲ ਕਰਨ ਵਾਲੀ ਪਹਿਲੀ ਔਰਤ ਨੂੰ ਗਵਾ ਚੁੱਕੇ ਹਾਂ ਉਨਾ ਕਿਹਾ ਕਿ ਮੈਰੀ ਵਿਗਿਆਨ ਖੋਜ ਅਤੇ ਸਾਡੇ ਗ੍ਰਹਿ ਦੀ ਦੇਖਭਾਲ ਲਈ ਜਨੂਨ ਵਾਲੀ ਔਰਤ ਸੀ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅਕਲੀਵ ਦੇ ਅਨੁਸਾਰ ਉਹ ਗ੍ਰੇਟ ਨੇਕ ਨਿਊਯਾਰਕ ਦੀ ਵਸਨੀਕ ਸੀ। ਉਹਨੇ ਮਾਈਕਰੋਕ੍ਰੋਬਾਇਲੋਜੀ ਇਕੋਲੋਜੀ ਵਿੱਚ ਮਾਸਟਰ ਅਤੇ ਯੂਟਾ ਸਟੇਟ ਯੂਨੀਵਰਸਿਟੀ ਤੋਂ ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਹਾਸਲ ਕਰਨ ਤੋਂ ਪਹਿਲਾਂ ਕੋਲੋਰਾਡੋ ਸਟੇਟ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਦਾ ਅਧਿਐਨ ਕੀਤਾ ਸੀ। 2002 ਦੇ ਵਿੱਚ NASA ਦੇ ਇੱਕ ਔਰਲ ਹਿਸਟਰੀ ਪ੍ਰੋਜੈਕਟ ਵਿੱਚ ਉਸਨੇ ਦੱਸਿਆ ਕਿ ਉਹਨੂੰ ਜਹਾਜ਼ ਨਾਲ ਇਹ ਕਹਿ ਲਓ ਉੜਦੇ ਜਹਾਜ਼ ਨਾਲ ਬਹੁਤ ਜ਼ਿਆਦਾ